ਮੈਨੂੰ ਮੇਰੇ ਨਾਲ ਗੁੱਸੇ ਹੋਇਆ ਕਹਿੰਦਾ ਤੁਸੀਂ ਮੇਰੇ ਸਾਹਮਣੇ ਮੇਰੀ ਬੇਇੱਜ਼ਤੀ ਕਰਤੀ। ਮੈਂ ਚੰਡੀਗੜ੍ਹ ਨੂੰ ਜਾਣਾ ਸੀ ਨਾ। ਅੱਛਾ ਜਾਂਦੇ ਜਾਂਦੇ ਮਾੜਾ ਵੱਡਾ ਮੁੜ ਕੇ ਫਿਰ ਧੂੰਆਂ। ਹਾਂ ਨਹੀਂ ਨਹੀਂ ਭਾਰਾ ਹੋ ਜਾਂਦਾ। ਸਫਾਈ ਵੀ ਨਹੀਂ ਦਿੰਦਾ ਜੀ। ਪੀਆਰ ਕਾਰਡ ਦਿੱਤਾ ਮੈਂ ਵੇਖ ਕੇ ਇੰਨਾ ਹੈਰਾਨ ਹੋਇਆ ਮੈਨੂੰ ਇਹ ਵੀ ਲੱਗੇ ਵੀ ਉਹ ਪਾਗਲਾ। ਅੱਛਾ ਪਿੰਡ ਨਹੀਂ ਨਿਕਲਿਆ ਦਿਮਾਗ 'ਚ। ਸਹੀ ਹੈ ਸਹੀ ਹੈ। ਦਾ ਪਾਓ ਡਰਾਵਰ 'ਚ ਲਿਫਟ ਚੱਕੋ ਤੇ ਬਸ ਰੱਦਾ ਹੀ ਚੱਲ ਪੂਗਾ ਕੰਮ। ਫਿਰ ਉਸ ਤੋਂ ਬਾਅਦ ਅਸੀਂ ਇਹ ਜਿਹੀ ਜਿਹੀ ਬਸ ਤੁਹਾਨੂੰ ਦੱਸ ਦਿਆ ਕਰੋ ਵੀ ਆਹ ਚੀਜ਼ ਚਾਹੀਦੀ ਹੈ ਤੁਹਾਡੇ ਕੋਲੇ ਅੱਧੀ ਰਾਤ ਨੂੰ ਹਾਜ਼ਰ ਕਰ ਦਿਆ ਕਰ। ਕਮਾਈ ਨਿਕਲ ਗੱਲਾਂ ਕਰਦੇ ਕਈ ਵਾਰੀ ਨਾ ਪਿਛਲੇ ਸਾਲ ਦਾ ਯੂਕੇ ਦਾ ਪੀਆਰ ਹੈ। ਅੱਛਾ ਮੇਰੇ ਕੋਲ ਤੁਹਾਨੂੰ ਮੰਨ ਲਓ ਵੀ ਹੁਣ ਪਤਾ ਲੱਗਿਆ। ਮੈਨੂੰ ਤਾਂ ਇੱਥੇ ਜਾ ਕੇ ਪਤਾ ਲੱਗਿਆ ਮੈਂ ਤਾਂ ਹੁਣ ਐਂ ਜਿ ਲੱਗਦਾ ਵੀ ਜਿਵੇਂ ਇਹਦਾ ਸ਼ੌਕ ਹੈ ਉਹਨੂੰ ਉਵੇਂ ਵਰਤਾਂ। ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਸਾਨੂੰ ਪਾ ਜਦੋਂ ਸਾਨੂੰ ਅੱਛਾ ਤੁਹਾਨੂੰ ਮੇਰੇ ਕੋਲ ਦੱਸਿਆ ਵੀ ਨਹੀਂ ਦੱਸਿਆ ਹੀ ਨਹੀਂ ਹੈ ਕਿ ਮੈਂ ਦੱਸਤਾ ਤਾਂ ਮੈਨੂੰ ਕਹੂਗਾ ਚੜ ਜਾ ਅਜੇ ਤੇ ਹੋਰ ਚੱਲ ਮੈਂ ਰਹਿਣਾ ਤੇ ਇੱਥੇ। ਆ ਵੀ ਮੇਰੇ ਹੱਥੋਂ ਗਿਆ ਜੀ ਆ ਨਹੀਂ ਗਿਆਗਾ ਮੇਰੇ ਹੱਥੋਂ ਆ ਵੀ ਮੇਰੇ ਹੱਥਾਂ ਚੋਂ ਗਈ ਇਹ ਚੀਜ਼। ਆ ਦੇਖੋ ਵੀ ਆਪਣੇ ਚੈਨਲ ਦਾ ਲੋਗੋ ਉਦੋਂ ਲਵਾਇਆ ਸੀਗਾ ਬਾਈ ਨੇ ਕਹਿ ਕੇ ਇਹ ਦੇਖੋ ਉਵੇਂ ਲੱਗਿਆ ਹੋਇਆਗਾ। ਆ ਦੇਖੋ ਜਿਹੜੀ ਚੀਜ਼ ਦੀ ਘਾਟ ਉਹ ਕਦੇ ਨਹੀਂ ਪੁੱਜਦੀ। ਮਹਾ ਗੁਰਪ੍ਰੀਤ ਕੋਈ ਇੱਕ ਅੱਧੀ ਚੀਜ਼ ਨੂੰ ਛੱਡ ਕੇ ਸਾਰਾ ਕੁਝ ਮੈਂ ਆਪਣੇ ਹੱਥਾਂ ਚੋਂ ਗਿਆ ਹਨਾ। ਹਾਂ ਤੇ ਬਾਕੀ ਬਾਕੀ ਸਾਨੂੰ ਕੋਈ ਵੀ ਕਦੇ ਵੀ ਅੱਧੀ ਰਾਤ ਨੂੰ ਤੁਸੀਂ ਫੋਨ ਅਸੀਂ ਤੁਹਾਡੇ ਨਾਲ ਹੱਟ ਹੈ ਕੁਛ ਵੀ ਕੋਈ ਵੀ ਆਸੇ ਆਸੇ ਹਾਂ ਆਸੇ ਇੱਥੋਂ ਆਸੇ ਬਿਲਕੁਲ ਹਾਂ ਆ ਨਿਕਲੇ ਜੀ ਬਿਲਕੁਲ ਇਹ ਹਾਂ ਆ ਟਾਇਰ ਲੈ ਕੇ ਆ ਗਿਆ ਭਾਈ ਜੀ ਅੰਦਰ ਤੋਂ। ਅੱਛਾ ਜੀ ਮੈਂ ਕਿਹਾ ਯਾਰ ਇੱਕ ਦਾ ਟਰੈਕਟਰ ਦਾ ਛੱਡ ਦੇ ਦੂਜਾ 15 ਆਪਾਂ ਇੱਥੇ ਬਾਕੀ ਆ ਯਾਦਾਂ ਝੋਟਾਂ ਇਹ ਸਾਰੇ ਲੱਗਿਆ ਤੁਹਾਨੂੰ ਬਹੁਤ ਵਧੀਆ। ਮੈਂ ਤਾਂ ਤੁਹਾਡੇ ਜਿੰਨੇ ਜਿਹੜਾ ਪਹਿਲਾਂ ਤਜਰਬਾ ਤਾਂ ਹੈ ਨਹੀਂ ਇਹ ਆਪਾਂ ਬਹੁਤ ਜ਼ਿਆਦਾ ਲੱਗਿਆ ਸੀ ਜਿਹੜੇ ਹੁੰਦੇ ਆ ਬਈ ਪੂਰੀਆਂ ਫਿਰ ਰੀਝਾਂ ਲਾਤੀਆਂ ਹੈ ਹੈ ਹੁਣ ਕਮੀ ਤਾਂ ਨਹੀਂ ਛੱਡੀ ਕੋਈ ਬਹੁਤ ਸੋਹਣਾ ਬਣਾਇਆ। ਕਿੰਨੇ ਫੁੱਟਾ ਬਣ ਗਿਆ 12 ਫੁੱਟਾ ਸਹੀ ਆਮ 12 ਹੀ ਚੱਲਦਾ ਨਾ। ਹਾਂ ਨਹੀਂ ਨਹੀਂ ਭਾਰਾ ਹੋ ਜਾਂਦਾ ਵੱਡਾ ਸੁਹਾਗ ਨਾ ਮਤਲਬ ਇਹਨੂੰ ਹੁਣ ਲਾਉਣ ਦਾ ਕਿਵੇਂ ਹੈਗਾ ਸਾਰਾ ਕੁਛ ਕਿਵੇਂ ਆਪਾਂ ਖੇਤੋਂ ਲੈ ਕੇ ਆਉਣਾ ਹੈਗਾ ਬਸ ਪਾਓ ਡਰਾਵਰ 'ਚ ਲਿਫਟ ਚੱਕੋ ਤੇ ਬਸ ਰੱਦਾ ਹੀ ਚੱਲ ਪਊਗਾ ਕੰਮ। ਬਾਈ ਬਹੁਤ ਕੁਝ ਆਇਆ ਜੀ ਜਿੱਥੇ ਦੱਸਿਆ ਨਾ ਲੈ ਕੇ ਆਉਣਾ। ਹੈਲੋ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਸਾਨੂੰ ਬਾਈ ਜਦੋਂ ਸਾਨੂੰ ਫੋਨ ਕੀਤਾ ਹਾਂ ਇੱਕ ਦਿਨ ਪਹਿਲਾਂ ਹੀ ਗੱਲਾਂ ਕਰੀ ਜਾਂਦੀ ਸੀ ਮੈਂ ਵੀ ਕਿਹਾ ਮੈਂ ਵੀ ਆਪਾਂ ਬਾਈ ਨੂੰ ਹੁਣ ਨੂੰ ਕਿੰਨਾ ਕੁਝ ਕਰ ਆਉਂਦੇ ਵੀ ਜਦੋਂ ਪਹਿਲਾਂ ਰੋਟਾਵੇਟਰ ਤੋਂ ਪਤੇ ਕਿੰਨਾ ਮੈਂ ਹੁਣ ਨੂੰ ਆਪਾਂ ਕਿੰਨਾ ਕੁਝ ਬਣਾ ਲਿਆ ਹੁੰਦਾ ਤੇ ਦੂਜੇ ਦਿਨ ਮੰਨ ਲਓ ਤੁਹਾਡੇ ਨਾਲ ਗੱਲ ਹੋ ਗਈ ਜੀ ਕਾਲ ਤੇ ਪਿਛਲੇ ਸਾਲ ਦਾ ਯੂਕੇ ਦਾ ਪੀਆਰ ਹੈ। ਅੱਛਾ ਤੁਹਾਨੂੰ ਮੰਨ ਲਓ ਵੀ ਹੁਣ ਪਤਾ ਲੱਗਿਆ ਮੈਨੂੰ ਤਾਂ ਜਾ ਕੇ ਪਤਾ ਲੱਗਿਆ ਮੈਂ ਜਾ ਕੇ ਦੱਸਿਆ ਹੀ ਨਹੀਂ ਜੀ ਮੈਂ ਦੱਸਤਾ ਤਾਂ ਮੈਨੂੰ ਕਹੂਗਾ ਚੜ ਜਾ ਅੱਜ ਤੇ ਹੋਰ ਚੱਲ ਮੈਂ ਰਹਿਣਾ ਤੇ ਇੱਥੇ ਤੇ ਨਹੀਂ ਸਹੀ ਆ ਵੀ ਅੱਜ ਨੂੰ ਤਾਂ ਜਿਵੇਂ ਹੁਣ ਆਹ ਵੀ ਪਤਾ ਨਹੀਂ ਕਿੰਨਾ ਕੁਛ ਉਹਨੇ ਸਦਾ ਲੈਣਾ ਸੀ ਸਾਨੂੰ ਫੋਨ ਕਰਨਾ ਸਿੱਧਾ ਹੀ ਆਖਣਾ ਵੀ ਜਾਣ ਆਹ ਚੀਜ਼ ਚਾਹੀਦੀ ਹੈ। ਸਹੀ ਹੈ ਸਹੀ ਹੈ ਹਾਂਜੀ ਬਿਲਕੁਲ 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 ਸਹੀ ਹੈ ਪਰ ਪਿੰਡ ਨਹੀਂ ਨਿਕਲੇ ਨਾ ਫਿਰ ਬਸ ਪਿੰਡ ਨਾਲ ਖੇਤੀ ਤੇ ਆਹ ਟਰੈਕਟਰ ਟੋਚਣ ਇਹਨਾਂ ਚੀਜ਼ਾਂ ਚ ਹੀ ਸੀ ਬਸ ਵੀ ਆ ਜਾਓ ਉੱਥੇ ਖੇਤੀ ਦਾ ਜ਼ਿਆਦਾ ਸ਼ੌਂਕ ਸੀਗਾ ਇਹਨੂੰ। ਹਾਂ ਆਪਾਂ ਇਹਨੂੰ ਲੱਗ ਕੇ ਕਿਵੇਂ ਇਹਨੂੰ ਫਿਰ ਐਂ ਕਰ ਕਿੱਥੇ ਲਾਉਣਾ ਜੀ ਉੱਥੇ ਲਵਾ ਦਿੰਦੇ ਆ ਉਹ ਟਰਾਲੀ ਕੋਲੇ ਲੈ ਜਾ ਉਰੇ ਉੱਥੇ ਲਾ ਦਿੰਦੇ ਆ ਜੀ ਸੰਦਾਂ ਲਵੇ ਲਾ ਦਿੰਦੇ ਉੱਥੇ ਨੇੜੇ ਲਾ ਦਿੰਦੇ ਆ ਉਹ ਆਹੋ ਪਰਾਂ ਕਰਦੇ ਰਪਿੰਦਰ
अच्छा जी ये बंदा ठीक है और दूजा ट्रैक्टर भी आ जूगा तो हम तीजी चीज वह भी छेती भेज देंगे थोड़े तो ठीक है बस तुम सू दस दया करो भी आह चीज चाहिए है थोड़े को अद्धी रात को हाजिर कर दया करा है मास्टर माइंड आएगा मई अंकल आख्या हम मैं थोड़ा दस देना जी भी मेरे हथों की चीजा गई है आ भी मेरे हथों गया है जी आ नहीं गया मेरे हथों आ भी मेरे हथा चो गई है चीज आ देखो भी अपने चैनल का लोगो उदो लवाया बाई ने कह के बड़े चाण लवाया हाँ 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 मैं गुरप्रीत कोई एक अद्धी चीज नूं छड्ड के सारा कुछ मैं अपने हाथों चो गया है ना ट्रैक्टर ने पूरा पूरा टप दिया वो कोले कोले जे ढाते अद्धे उन्होंने हां पर आया जो चीज नाल भी उन्हें रास्ते च बड़ी दिक्कत देनी है ओदे नाल टायर लग जान तो वैसे एक दिन इथे गुरप्रीत इथे ना मैं आया ते नहीं नहीं फोटो नहीं मैं आया है आ ट्राला जे इथे खड़ा ते भाई ने कान चक्या दे तेरे दी लै तेरे कणा नाल हैना वीडियो जी बनाई सी हैना हां इट्टा भांदे सी हैना आओ हां ट्राला भी आया ट्रैक्टर चढ़ाया इथे मार के उची करके ना ढेरी जी हैप्पी ने चढ़िया सी हां सुहागा भाई पूरा घेंट बना 400 ਦਾ ਹਣਾ 400 ਦੇਤਾ ਸੀਗਾ ਸਹੀ ਪੁਰਾਣੀ ਹੁੰਦੀ ਹੈ ਨਹੀਂ ਸਹੀ ਆ ਫਿਰ ਨਹੀਂ ਸੁਹਾਗਾ ਪੂਰਾ ਰੀਜਣਾ ਬਣਾਇਆ ਮਿੱਤਰਾਂ ਤੋਂ ਟਾਇਰ ਹੋਊਗਾ सही गल है दिमाग चलता इधर खेती का निकलती है हड्डा चो 2016 एक बार नरमे से निधि भगता बड़ा हो होया सी ओदो उन्हें एक मशीन बनाई हुई सी मतलब स्प्रे वास्ते नरमे से उच्चा करके काफी एदे नाल उच्चा हो जांदा सी अपनी गड्डी है ਬਾਈ ਦਾ ਨੰਬਰ ਵੀ ਦਿਖਾ ਦੇਣਾ ਬਹੁਤ ਰੌਲਾ ਪਿਆ ਸੀ ਉਦੋਂ ਉਹਦੇ ਮਸ਼ੀਨ ਯੂਨੀਵਰਸਿਟੀ ਨੇ ਆਪ ਦਾ ਨਾਂ ਲੈ ਕੇ ਦਿਖਾਤੀ ਵੀ ਇਹਦੀ ਅਸੀਂ ਬਣਾ ਲਿਆ
ਪੈਂਡਿੰਗ ਚੱਲ ਰਿਹਾ ਕੰਮ ਵੇਟਿੰਗ ਚ ਬੀਕੇਟੀ ਕੰਪਨੀ ਵਾਲਿਆਂ ਨੇ ਉਹ ਟਾਇਰ ਨਹੀਂ ਸੀ ਰੈਡੀ ਕਰਿਆ ਜੀ ਉਹ ਹਾਈ ਕਲੀਅਰੈਂਸ ਵਾਲੀ ਮਸ਼ੀਨ ਵਾਸਤੇ ਜਿਵੇਂ ਸ਼ਕਤੀਮਾਨ ਨੇ ਉਹ ਕਦੇ ਉਹਦਾ ਨਾ ਸਾਈਜ਼ ਲੈ ਕੇ ਉਹਨਾਂ ਕੋਲੇ ਗਿਆ ਉਹ ਕਹਿੰਦੇ ਇਸ ਤਾਂ ਬਣਾ ਨਹੀਂ ਸਕਦੇ ਫਿਰ ਇੱਕ ਸਨੀ ਦਿਓਲ ਦੀ ਫਾਰਨ ਟਰੈਕਟਰ ਦੀ ਐਡ ਸੀਗੀ ਜੋ ਨਿੱਕੇ ਨਿੱਕੇ ਹੁੰਦੇ ਆ ਉੱਥੇ ਉਹ ਸਾਈਜ਼ ਲੈ ਗਿਆ ਤੇ ਫਰਮ ਦਾ ਨਾਮ ਬਾਈ ਦਾ ਸਵਾਗਿਆ ਨੇ ਲਾਓ ਫਿਰ ਹੈ ਖਿੱਚ ਦੇ ਫਿਰ ਚੱਕ ਦਿਓ खिच के देखो ना खिचो कल परसों मैं जोर लाया सी ते तीन दिन बिस्तरे दी पिया रहेगा बस हुण तां रुड़ जूगा टायर लग गया जो थले लो जी अंकल की रीझ पूरी करती पर जिहड़ी चीज की घाट ओह कदे नहीं पूरी हो सकदी ये समान ਇਦਾਂ ਹੀ ਇੱਥੇ ਆਉਂਦਾ ਰਹਿਣਾ ਹੈ ਹੈਲੋ ਹੁਸੈਨ ਹੈ ਸਵਾਗਤ ਲਾਈ ਜਾਂਦੇ ਹਾਂ ਹਾਂ ਕੋਈ ਨਹੀਂ ਕੋਈ ਨਹੀਂ ਬਹੁਤ ਸੋਹਣਾ ਬਣਾਇਆ ਆਹ ਨੰਬਰ ਹੈ ਬਾਈ ਦਾ ਅੰਕਲ ਜੀ ਕਿਵੇਂ ਲੱਗਿਆ ਤੁਹਾਨੂੰ बहुत बढ़िया मैं थोड़े जिन्हें मेरा पहला तजर्बा तो है नहीं है आप बहुत ज्यादा लगे सीधी दिन परमात्मा करे तो सोच में उदा ही अं चलता रहना समान अंदा रहना है हाँ परमात्मा ने अपना ਆਪਾਂ ਨੂੰ ਵੀ ਲੱਗਦਾ ਵੀ ਜਿਵੇਂ ਉਹ ਆਪਣੇ ਨਾਲ ਚੱਲਦਾ ਹੁੰਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਮੈਂ ਤਾਂ ਜਿਸ ਦਿਨ ਦਾ ਉਹ ਕਦੇ ਮਹਿਸੂਸ ਨਹੀਂ ਕੀਤਾ ਵੀ ਯਾਰ ਨਹੀਂ ਨਹੀਂ ਅਸੀਂ ਹਰ ਟਾਈਮ ਤੁਹਾਡੇ ਨਾਲ ਆਂ ਜੀ ਜਿਵੇਂ ਉਹਦੇ ਨਾਲ ਜੋ ਪੀੜੇ ਸੀ ਉਹ ਵਰ ਗਏ ਸੁਖ ਨੂੰ ਬਿਲਕੁਲ ਬਿਲਕੁਲ ਉਹਦੇ ਯਕੀਨ ਮੈਨੂੰ ਮੈਂ ਕਿਜਰੀ ਚ ਆਇਆ ਸੀ ਹੁਣ ਹਾਂ ਜਦੋਂ ਮੈਂ ਮਾਨਸਾ ਚੌਂਕ ਦੇ ਵਿੱਚ ਆਇਆ ਘੱਟੋ ਘੱਟ 35 40 ਮੁੰਡੇ ਇਕੱਠੇ ਹੋ ਗਏ ਸਾਰਿਆਂ ਨੇ ਲੋਡ ਦਿੱਤਾ ਨਾ ਨਹੀਂ ਨਹੀਂ ਬਿਲਕੁਲ ਜਿਹੜੇ ਉਹਦੀ ਕਮਾਈ ਤਾਂ ਹੈਗੀ ਨਹੀਂ ਨਹੀਂ ਬਿਲਕੁਲ ਕੋਈ ਸ਼ੱਕ ਨਹੀਂ ਹੈ ਚ बाकी जी ਬਿਲਕੁਲ ਬਿਲਕੁਲ ਤੁਹਾਡੇ ਨਾਲ ਸਾਡੀਆਂ ਸਾਰਿਆਂ ਦੀਆਂ ਉਹ ਜੁੜੀਆਂ ਹੋਈਆਂ ਨੇ ਜੀ ਮਤਲਬ ਇੱਕ ਆਸਾ ਨੇ ਹਨਾ ਉਸੇ ਤਰੀਕੇ ਚੱਲੀਆਂ ਨੇ ਸਾਰੇ ਲਾਵਾਂਗੇ ਸਿਰੇ ਬਾਕੀ ਸਾਨੂੰ ਕੋਈ ਵੀ ਕਦੇ ਵੀ ਅੱਧੀ ਰਾਤ ਨੂੰ ਤੁਸੀਂ ਫੋਨ ਮੈਨੂੰ ਮਾਨ ਹੈ ਤੁਹਾਡੇ ਹਾਂ ਪਿਆਰ ਕਰਨਾ ਤੇ ਅਸੀਂ ਤੁਹਾਡੇ ਨਾਲ ਹੱਟ ਹੈ ਕੁਛ ਵੀ ਕੋਈ ਵੀ ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਇਹ ਇੱਥੇ ਤੁਹਾਡੇ ਕੋਲੇ ਮੰਨ ਲਓ ਇਹੋ ਜਿਹੀ ਕੋਈ ਵੀ ਪਹੁੰਚਾਉਣੇ ਆ ਜਾਂ ਕੁਛ ਵੀ ਕਰਦੇ ਆ ਤਾਂ ਕਿਉਂਕਿ ਸਾਡਾ ਬਾਈ ਨਾਲ ਬੜਾ ਸੀਗਾ ਮੰਨ ਲਓ ਬਹੁਤ ਜ਼ਿਆਦਾ ਹੀ ਕਿਉਂਕਿ ਨਾਲੇ ਜਿਹੜੀ ਵੱਡੀ ਗੱਲ ਇਹ ਹੈ ਨਾ ਵੀ ਆਪਾਂ ਇਸ ਕੰਮ ਨੂੰ ਪੈਸੇ ਕਮਾਉਣ ਲਈ ਕਰਦੇ ਹਾਂ ਬਿਲਕੁਲ ਕਿਹੜਾ ਇਹ ਕੋਈ ਹੋ ਜਾ ਕਿਤਾ ਹੈ ਵੀ ਕਮਾਈ ਵੇਖ ਥੋੜੀ ਹੈ ਪਰ ਜਿਹੜੀ ਮਨ ਨੂੰ ਸਮਾਨ ਬਹੁਤ ਮਿਲਦਾ ਹਾਂ ਬਿਲਕੁਲ ਪਿਤਾਪੁਰਖੀ ਕਿਤਾ ਹੈ ਹਾਂ ਬਿਲਕੁਲ ਬਿਲਕੁਲ ਇਹਦੇ ਨਾਲ ਜੁੜੇ ਰਹਿਣਾ ਹੈ ਕਮਾਣ ਵਾਲੀ ਗੱਲ ਹੈ ਜਿਸ ਦਿਨ ਅਸੀਂ ਉਹ ਰੋਟਾਵੇਟਰ ਦੀ ਗੱਲ ਕਰਦੇ ਹਾਂ ਵੱਡੇ ਦੀ ਜੀ ਉੱਤੇ ਬਾਈ ਨੇ ਹੀ ਗੱਲ ਕਿਹਾ ਹਾਂ ਬਾਈ ਹੁਣ ਤੁਸੀਂ ਮਤਲਬ ਸਾਰਾ ਸੈੱਟ ਆ ਗਿਆ ਵੀ ਤੁਸੀਂ ਕੰਮ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਇਹ ਚੀਜ਼ ਤੋਂ ਬਿਨਾ ਮੈਨੂੰ ਨੀਂਦ ਨਹੀਂ ਆਉਂਦੀ ਵੀ ਜਿੰਨਾ ਚਿਰ ਵੀ ਕਹਿੰਦਾ ਖੇਤ ਜਾਊਂਗਾ ਕੰਮ ਕਰੂੰਗਾ ਥੱਕ ਕੇ ਨੀਂਦ ਵਧੀਆ ਆਊਗੀ ਮੈਨੂੰ ਹਾਂ ਤੇ
ਅਸੀਂ ਪਿਛਲੇ ਸਾਲ ਯੂਕੇ ਸੀ ਮੈਨੂੰ ਕਹਿੰਦਾ ਵੀ ਝੋਨਾ ਨਹੀਂ ਵੱਢਣਾ ਅੱਛਾ ਮੇਰੇ ਆਏ ਤੋਂ ਮੇਰੇ ਆਏ ਅਸੀਂ 5-6 ਦਿਨ ਲੇਟ ਕੀਤੀ ਜੀਰੀ ਵੱਢਣੀ ਮੁੜ ਕੇ ਬਸ ਰੌਲਾ ਕੀ ਉਹਨੇ ਵੱਡਾ ਟਰਾਲਾ ਉਹ ਭਰ ਕੇ ਵੀ ਪਰ ਟਰੈਕਟਰ ਦੀਆਂ ਚੀਕਾਂ ਕਢਾਉਣੀਆਂ ਹੁੰਦੀਆਂ ਨੇ ਜਿਹੜਾ ਆੜ ਪੈਂਦਾ ਹੋਇਆ ਸੜਕ ਤੇ ਚੜਾ ਕੇ ਫਿਰ ਉਹਨੂੰ ਕੋਈ ਮਤਲਬ ਕਿੰਨੇ ਦਾ ਵੱਟਦਾ ਕਿੱਥੇ ਉਹ ਚੀਜ਼ ਦਾ ਕੋਈ ਮੁੱਦਾ ਨਹੀਂ ਤੋ ਲੱਗਿਆ ਕਿ ਨਹੀਂ ਲੱਗਿਆ ਉਹਨਾਂ ਗੱਲਾਂ ਨੂੰ ਕੋਈ ਮਤਲਬ ਆ ਟਰਾਲਿਆ ਜਦੋਂ ਬਣਦਾ ਸੀ ਜੀ ਉਦੋਂ ਨਾ ਇਹਦੀ ਇੱਕ ਇੱਕ ਚੀਜ਼ ਮੰਨ ਲਓ ਵੀ ਮੇਰੇ ਕੋਲੇ ਆਉਂਦੀ ਵੀ ਬਾਈ ਆ ਸਹੀ ਹੈ ਸਹੀ ਹੈ ਹਰ ਇੱਕ ਚੀਜ਼ ਮੰਨ ਲਓ ਪੁੱਛ ਪੁੱਛ ਕੇ ਅਸੀਂ ਮੈਂ ਤੇ ਬਾਈ ਨੇ ਡਿਸਕਸ ਕਰ ਕਰਕੇ ਵੀ ਇੱਥੇ ਐਂ ਲਾ ਦਈਏ ਇੱਥੇ ਆ ਉਹ ਕਰ ਦਈਏ ਐਂ ਕਰ ਦਈਏ ਬੜਾ ਚਾਅ ਨਾਲ ਇਹ ਟਰਾਲਾ ਬਣਾ ਕੇ ਦਿੱਤਾ ਸੀ ਪੰਜਾਬੀ ਖੁੱਲਾ ਕੀਤਾ ਸੀ ਬੜਾ ਕੁਝ ਲੱਗਿਆ ਟਰਾਲੇ 'ਚ ਕਈ ਚੀਜ਼ਾਂ ਤਾਂ ਪਤਾ ਹੀ ਨਹੀਂ ਕਿੰਨਾਂ ਨੂੰ ਟੇਬਲ ਤੋਂ ਲਾ ਸਭ ਕੁਝ ਏ ਟੂ ਜ਼ੈਡ ਬੜਾ ਕੁਝ ਸੀਗਾ ਚਲਾਇਆ ਬਹੁਤ ਮੰਨ ਲਓ ਚਾਅ ਨਾਲ ਬਣਾਇਆ ਸੀ ਪਾਣੀ ਵਾਸਤੇ ਇੱਕ ਇਹਦੇ ਨਾ ਪਾਣੀ ਵਾਸਤੇ ਤਾਰ ਤੋਂ ਪਤਾ ਨਹੀਂ ਕੀ ਬਣਾਇਆ ਸੀਗਾ ਸੱਬਲ ਵੀ ਸੱਬਲ ਜੀ ਨਿਕਲ ਸੱਬਲ ਜੀ ਨਿਕਲਦੀ ਆ ਹਾਂ ਖਾਸਾ ਕੁਛ ਇਹਦੇ ਵਿੱਚ ਮੰਨ ਲਓ ਬੰਦਾ ਅੱਧੇ ਘੰਟੇ 'ਚ ਫੰਕਸ਼ਨ ਪਤਾ ਲੱਗਣੇ ਤੇ ਇੰਨੇ ਕੁਛ ਇਹਦੇ ਵਿੱਚ ਦੇਖਾਂ ਤੇ ਟਰਾਲਾ ਹੀ ਹੈ ਹੈ ਖਾਸਾ ਕੁਛ ਨਿਕਲ ਆਉਂਦਾ ਇਹਦੇ ਸੱਬਲਾਂ ਸੁੱਬਲਾਂ ਨਹੀਂ ਇੱਥੇ ਨਾ ਹੋਰ ਇੱਕ ਮੈਨੂੰ ਵੀ ਨਹੀਂ ਕਈ ਚੀਜ਼ਾਂ ਪਤਾ ਆ ਸੇ ਆ ਸੇ ਆ ਸੇ ਹਨਾ ਆ ਸੇ ਆ ਸੇ ਹਾਂ ਆ ਸੇ ਇੱਥੋਂ ਆ ਸੇ ਬਿਲਕੁਲ ਹਾਂ ਆ ਨਿਕਲੇ ਬਿਲਕੁਲ ਇਹ ਹਾਂ ਬੜਾ ਆ ਦੇ ਇੱਧਰ ਕਈ ਲਾਈ ਸੀਗੀ ਬੜਾ ਮੱਲੋ ਇਹਦੇ ਬਣਾਇਆ ਸੀਗਾ ਗੁਰਪ੍ਰੀਤ ਆ ਪਿਆ ਰੋਟਾਵੇਟਰ ਇਹਦਾ ਵੱਡਾ ਬਾਲਾ ਯਾਰ ਹੈ ਬੜਾ ਵੱਡਾ ਹੈ ਇਹਦਾ ਕਰਦੇ ਹਾਂ ਹੱਲ ਕੋਈ ਨਹੀਂ ਨਹੀਂ ਕਰਦੇ ਹਾਂ ਹੱਲ ਇਹਦਾ ਆ ਗਲਾਸਾਂ ਵਾਲਾ ਹਨਾ ਪਿੱਛੇ ਸੰਤਾਂ ਦੀ ਫੋਟੋ ਹਾਂ ਉਹਦਾ ਨਾਲ ਇੱਕ ਟੀਵੀ ਲੱਗ ਗਿਆ ਆ ਟਾਇਰ ਜਿੱਦ ਨਾ ਉਹਦੀ ਮੌਤ ਤੋਂ ਛੱਡ ਦੋ ਦਿਨ ਪਹਿਲਾਂ ਨਿਕਲ ਗਿਆ ਆ ਟਾਇਰ ਲੈ ਕੇ ਆ ਗਿਆ ਭਾਈ ਜੀ ਅੰਦਰ ਤੋਂ ਅੱਛਾ ਜੀ ਮੈਂ ਖਿਆ ਇੱਕ ਦਾ ਟੈਕਟਰ ਦਾ ਛੱਡ ਦੇ ਦੂਜਾ ਪਤ ਮੇਰਾ ਖੇਤ ਸਾਰਿਆਂ ਦੇ ਪੇਡੇ ਮੈਨੂੰ ਮੇਰੇ ਨਾਲ ਗੁੱਸੇ ਹੋਇਆ ਕਹਿੰਦਾ ਤੁਸੀਂ ਤੁਹਾਡੇ ਸਾਹਮਣੇ ਮੇਰੀ ਬੇਇੱਜ਼ਤੀ ਕਰਤੀ ਆ ਮੈਂ ਚੰਡੀਗੜ੍ਹ ਨੂੰ ਜਾਣਾ ਸੀ ਨਾ ਅੱਛਾ ਜਾਂਦੇ ਜਾਂਦੇ ਮੇਰੇ ਮਾਰੇ ਫੋਨ ਤੇ ਲੱਗ ਗਏ ਜਿਹੜੀ ਬੋਲਣ ਲੱਗੀ ਦੇਖਦੇ ਮੇਰੇ ਕੋਲ ਇੰਨੇ ਬੰਦੇ ਖੜੇ ਸੀ ਮੇਰੀ ਬੇਇੱਜ਼ਤੀ ਕਰਤੀ ਮੈਂ ਕੋਈ ਅਗਲੇ ਦਿਨ ਸਮਝੌਤਾ ਹੋਇਆ ਸਾਡਾ ਠੀਕ ਹੈ ਸ਼ੌਂਕ ਸੀ ਨਾ ਇਹ ਸ਼ੌਂਕ ਸੀ ਟਾਇਰਾਂ ਦਾ ਆਮ ਵੀ ਆਹ ਡੈਕ ਲਾ ਲਿਆ ਮੰਨ ਲਓ ਹੁਣ ਉਹ ਦੇਖੋ ਕਿੱਡੇ ਕਿੱਡੇ ਉਹ ਲੱਗੇ ਆ ਉਹਨਾਂ ਦੇ ਠੀਕ ਹੈ ਲਾਈਟਾਂ ਲਾ ਲੀਆਂ ਆਹ ਲਾ ਲਿਆ ਉਹ ਲਾ ਲਿਆ ਬਸ ਆਹ ਚੀਜ਼ਾਂ ਦਾ ਸ਼ੌਂਕ ਸੀਗਾ ਹਾਂ ਹਾਂ ਬਿਲਕੁਲ ਸ਼ੌਂਕ ਸੀ ਪੂਰਾ ਅਤੇ ਬਾਕੀ ਠੀਕ ਹੈ ਜੀ ਧੰਨਵਾਦ ਸਾਰਿਆਂ ਦਾ ਅਤੇ ਬਸ ਇਹੀ ਸੀਗਾ ਵੀ ਸੁਹਾਗੇ ਦੀ ਲੋੜ ਸੀਗੀ ਅਤੇ ਇੱਥੇ ਆ ਗਿਆ ਜੀ ਅਤੇ ਥੈਂਕ ਯੂ ਸਾਰਿਆਂ ਦਾ ਆਪਾਂ ਇੱਥੇ ਬਾਕੀ ਆ ਯਾਦਾਂ ਝੋਟਾਂ ਇਹ ਸਾਰੇ ਕੁਛ ਯਾਰ ਕੁਛ ਕਹਿ ਨਹੀਂ ਸਕਦਾ ਮੈਂ ਮੇਰੇ ਮਨ ਦੇ ਵਿੱਚ ਨਾ ਬਸ ਕੀ ਕਹਾਂ ਮੈਂ ਇੰਨਾ ਸਮਾਨ ਤੇ ਕੁਛ